ਦੋਸਤੋ ਅੱਜ ਕੱਲ੍ਹ ਇੱਕ ਬੜੀ ਭੈੜੀ ਬਿਮਾਰੀ ਹਰ ਸ਼ਖਸ ਵਿੱਚ ਹਰ ਨੌਜਵਾਨ ਵਿੱਚ ਮੌਜੂਦ ਹੈ ਔਰ ਇਸ ਬਿਮਾਰੀ ਦਾ ਨਾਂ ਹੈ ਗਿਬਤ। ਹਰ ਬੰਦਾ ਇੱਕ ਦੂਸਰੇ ਦੀ ਗਿਬਤ ਕਰ ਰਿਹਾ ਲੇਕਿਨ ਕੁਛ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਰ ਕੀ ਰਹੇ ਹਾਂ ਲੇਕਿਨ ਹਕੀਕਤ ਵਿੱਚ ਉਹ ਗਿਬਤ ਆਉਂਦੀ ਹੈ। ਹੁਣ ਗਿਬਤ ਹੈ ਕੀ? ਗਿਬਤ ਇਹ ਹੁੰਦੀ ਹੈ ਕਿ ਅਗਰ ਕੋਈ ਸ਼ਖਸ ਮੌਜੂਦ ਨਹੀਂ ਹੈ ਤੇ ਉਹਦੀ ਗੈਰ ਮੌਜੂਦਗੀ ਵਿੱਚ ਤੁਸੀਂ ਉਹਦੀ ਬੁਰਾਈ ਬਿਆਨ ਕਰਦੇ ਹੋ ਤੇ ਇਹਨੂੰ ਗਿਬਤ ਕਹਿੰਦੇ ਨੇ। ਇਹ ਅੱਜ ਕੱਲ੍ਹ ਆਮ ਹੋ ਗਿਆ। ਇਸ ਗਿਬਤ ਦੀ ਵਜ੍ਹਾ ਤੇ ਭੰਡੀਆਂ, ਲੜਾਈਆਂ, ਖਰਾਬੀਆਂ ਪੈਦਾ ਹੋ ਰਹੀਆਂ ਨੇ ਇਸ ਜ਼ਮਾਨੇ ਵਿੱਚ। ਗਿਬਤ ਕੇ ਬਾਰੇ ਮੇਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜੋ ਸ਼ਖਸ ਕਿਸੀ ਦੂਸਰੇ ਸ਼ਖਸ ਕੀ ਗੈਰ ਮੌਜੂਦਗੀ ਮੇਂ ਕੋਈ ਐਸੀ ਬਾਤ ਕਹਿ ਦੇ ਕਿ ਜੋ ਉਸ ਸ਼ਖਸ ਕੋ ਨਾਗਵਾਰ ਗੁਜ਼ਰੇ, ਉਸਕੋ ਗਿਬਤ ਕਹਿਤੇ ਹੈ। ਤੋ ਜੇ ਬਿਲਕੁਲ ਆਜ ਕੱਲ੍ਹ ਹਮ ਜੋ ਕਰ ਰਹੇ ਹਾਂ ਵੋ ਗਿਬਤ ਹੈ, ਹਰ ਬੰਦੇ ਕੀ ਬੁਰਾਈ ਕਰ ਰਹੇ ਹੈ ਜਿਸ ਕੀ ਵਜ੍ਹਾ ਸੇ ਮਸਾਇਲ ਪੈਦਾ ਹੋ ਰਹੇ ਹੈ, ਮਸਲੇ ਪੈਦਾ ਹੋ ਰਹੇ ਹੈ, ਲੜਾਈਆਂ ਹੋ ਰਹੀ ਹੈ, ਤੋ ਇਸ ਸੇ ਬਚਣਾ ਚਾਹੀਏ।